आओ जी, तुहानू विजिट करवाने आ पिंड दड़ां दा कोट, तहसील संभड़ियाल ते जिला सियालकोट। ते जिहड़े लोग इत्थे जिंदगियां गुजार के गए ने, यकीनन ओह साडी वीडियो वेखणगे ते उहनां दीआं बहुत सारियां यादां ताज़ा हो जाणगियां कि उहनां दे बजुर्ग जिहड़े ने ओह इह वालियां राहां जिहड़ियां ने इस्तेमाल करदे सन, इहनां राहां तों ओह लंघदे सन। ਅਤੇ ਆਓ ਤੁਹਾਨੂੰ ਬਜ਼ੁਰਗਾਂ ਦੇ ਨਾਲ ਗੱਲਬਾਤ ਵੀ ਕਰਵਾਉਂਦੇ ਹਾਂ ਅਤੇ ਨਾਲ ਪਿੰਡ ਵਿਜ਼ਿਟ ਕਰਵਾਉਂਦੇ ਹਾਂ। ਪਿੰਡ ਦਾ ਨਾਂ ਤੇ ਹੋ ਰਿਹਾ, ਪਿੰਡ ਵਾਲੇ ਬਦਲ ਗਏ ਨੇ, ਘਰ ਦਾ ਥਾਂ ਤੇ ਹੋ ਰਿਹਾ, ਘਰ ਵਾਲੇ ਬਦਲ ਗਏ ਨੇ, ਪਿੱਪਲਾਂ ਦੀਆਂ ਛਾਵਾਂ ਉਹੀ, ਘਰ ਨੂੰ ਜਾਂਦੀਆਂ ਰਾਵਾਂ ਉਹੀ, ਘਰ ਦਾ ਥਾਂ ਤੇ ਹੋ ਰਿਹਾ, ਘਰ ਵਾਲੇ ਬਦਲ ਗਏ ਨੇ, ਪਿੰਡ ਦਾ ਨਾਂ ਤੇ ਹੋ ਰਿਹਾ, ਪਿੰਡ ਵਾਲੇ ਬਦਲ ਗਏ ਨੇ ਜੀ। ਬਾਬਾ ਜੀ ਦੇ ਨਾਲ ਗੱਲਬਾਤ ਕਰਨੀ ਆ। ਸਲਾਮ ਅਲੈਕਮ ਜੀ। ਵਾਲੈਕਮ ਸਲਾਮ। ਬਾਬਾ ਜੀ ਕੀ ਨਾਂ ਹੈ ਤੁਹਾਡਾ? ਬਸ਼ੀਰ ਅਹਿਮਦ। ਬਸ਼ੀਰ ਅਹਿਮਦ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਅਲੀ ਮੁਹੰਮਦ। ਤੇ ਬਜ਼ੁਰਗੋ, ਇਹ ਦੱਸੋ, ਇਹ ਪਿੰਡ ਜਿੱਥੇ ਅਸੀਂ ਬੈਠੇ ਹਾਂ ਕੀ ਨਾਂ ਹੈ ਇਹਦਾ? ਦੜਾਂ ਦਾ ਕੋਟ। ਦੜਾਂ ਦਾ ਕੋਟ। ਤੇ ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਜੇ? ਨਾਲ ਨਾਲ ਪਿੰਡ ਬਲੱਗਾਂ ਢੇਲਾਵਾਂ, ਕੰਗ, ਮਲਖਾਲਾ, ਕੋਟ ਬੁਲੰਦ, ਕੋਟ ਬੁਲੰਦ, ਕੋਟ ਲਈ ਨੋਨਾ ਵੀ, ਕੋਟ ਭੂਤ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਇਹ ਜਿਹੜਾ ਪਿੰਡ ਹੈ, ਇੱਥੇ ਕਿਹੜੀ ਕਿਹੜੀ ਬਰਾਦਰੀ ਵੱਸਦੀ ਸੀ 47 ਤੋਂ ਪਹਿਲਾਂ? ਘੁਮਿਆਰ ਸਨ ਹਿੰਦੂ, ਅਤੇ ਆਹ ਬਰਾਦਰੀ ਜਿਹੜੀ ਤੁਹਾਨੂੰ ਦੱਸੀ। ਅਤੇ ਹਿੰਦੂ ਘੁਮਿਆਰ ਕਿੰਨੇ ਕੁ ਘਰ ਸਨ? ਉਹ ਚੌਖਾ ਹੀ ਸਨ, ਮੈਨੂੰ ਉਹਨਾਂ ਦਾ ਨਹੀਂ। ਉਹਨਾਂ 'ਚੋਂ ਕਿਸੇ ਦਾ ਨਾਂ ਯਾਦ ਜੇ? ਚੌਖਾ ਹੀ ਨਾਂ ਹਿੰਦੂ ਘੁਮਿਆਰ, ਇੱਕ ਕਸੀਟਾ, ਇੱਕ ਨਿਹਾਲ, ਹਾਂ, ਅਤੇ ਇੱਕ ਜੁਆਰੀ, ਵਜਬਈ ਨਾਂ। ਠੀਕ ਹੋ ਗਿਆ। ਅਤੇ ਇੱਥੇ ਬਜ਼ੁਰਗੋ ਸਿੱਖਾਂ ਦੇ ਕਿੰਨੇ ਘਰ ਸਨ? ਸਿੱਖਾਂ ਦੇ ਤਰੇ ਜੀ ਤੁਹਾਨੂੰ ਮੈਂ ਦੱਸ, ਤਰੇ ਘਰ ਸਨ। ਅਤੇ ਕੀ ਨਾਂ ਸੀ ਉਹਨਾਂ ਦਾ? ਨਾਂ ਤੁਹਾਨੂੰ ਦੱਸਿਆ, ਅਮਰ ਸਿੰਘ, ਅਮਰ ਸਿੰਘ, ਅਤੇ ਸ਼ਿੰਗਾਰਾ, ਸ਼ਿੰਗਾਰਾ ਸਿੰਘ, ਸ਼ਿੰਗਾਰਾ ਸਿੰਘ, ਅਤੇ ਹੋਰ ਸਾਈਂ ਦਾ ਅਤੇ ਲੱਭਾ, ਸਾਈਂ ਅਤੇ ਲੱਭਾ, ਅਤੇ ਹੋਰ ਹੋਰ ਨਿਹਾਲ ਅਤੇ ਦਿਆਲ, ਨਿਹਾਲ ਅਤੇ ਦਿਆਲ, ਉਹ ਵਰਨ ਸਨ, ਨਿਹਾਲ ਸਿੰਘ ਅਤੇ ਦਿਆਲ ਸਿੰਘ, ਰਾਤ ਦੇ ਵਰਨ ਸਨ। ਅੱਛਾ ਅੱਛਾ। ਅਤੇ ਜਿਹੜਾ ਸੀ ਕੀ ਨਾਂ ਲੈ ਰਹੇ ਸੋ ਤੁਸੀਂ, ਅਮਰ ਸਿੰਘ, ਉਹਦਾ ਭਰਾ ਜਿਹੜਾ ਸੀ ਉਹਦਾ ਕੀ ਨਾਂ ਸੀ? ਸ਼ਿੰਗਾਰਾ ਸਿੰਘ। ਸ਼ਿੰਗਾਰਾ ਸਿੰਘ। ਅੱਛਾ ਅੱਛਾ। ਅਤੇ ਉਹਨੇ ਇੱਥੇ ਪਿੰਡ 'ਚ ਕਿੰਨੇ ਕੁ ਖੂਹ ਕਿੰਨੇ ਕੁ ਸਾ ਜੀ ਇੱਥੇ? ਤਰੇ ਜੋ ਤੁਹਾਨੂੰ ਦੱਸਿਆ। ਉਹਨਾਂ ਦੇ ਨਾਂ ਲਵੋ ਜ਼ਰਾ, ਕਿਹੜੇ ਨਾਂ ਸੀ? ਮਲਾਗਰ। ਉਹ ਕਿਹਦਾ ਖੂਹ ਸੀ? ਉਹ ਨਿਹਾਲ ਦਾ ਅਤੇ ਦਿਆਲ ਦਾ। ਨਿਹਾਲ ਅਤੇ ਦਿਆਲ। ਅੱਛਾ। ਹੋਰ? ਹੋਰ ਯਾਤਰੀ ਵਾਲਾ, ਯਾਤਰੀ ਵਾਲਾ ਖੂਹ, ਉਹ ਕਿਹਦਾ ਸੀ? ਉਹ ਅਮਰ ਸਿੰਘ ਦਾ ਅਤੇ ਇਹਦਾ ਸ਼ਿੰਗਾਰੇ ਦਾ, ਸ਼ਿੰਗਾਰਾ ਸਿੰਘ ਦਾ, ਸ਼ਿੰਗਾਰਾ ਸਿੰਘ। ਅੱਛਾ, ਅਮਰ ਸਿੰਘ ਦਾ। ਅਤੇ ਤੀਜਾ ਜਿਹੜਾ ਖੂਹ ਸੀ? ਤੀਜਾ ਸਨਾਤੀ ਵਾਲਾ ਸੀ, ਉਹ ਸਾਇੰਸ ਦਾ ਅਤੇ ਲੱਭੇ ਦਾ। ਅੱਛਾ ਅੱਛਾ। ਠੀਕ ਹੋ ਗਿਆ। ਅਤੇ ਬਜ਼ੁਰਗੋ, ਇੱਥੇ ਜਿਹੜਾ ਕਿੰਝ ਦਾ ਮਤਲਬ ਰਹਿਣ ਸਹਿਣ ਸੀ, ਆਪਸ 'ਚ ਪਿਆਰ ਮੁਹੱਬਤ ਕਿਸ ਤਰ੍ਹਾਂ ਦਾ ਸੀ, ਸਲੂਕ ਕੀ ਸੀ ਆਪਸ ਦੇ ਵਿੱਚ ਸਾਰਿਆਂ ਦਾ? ਯਾਰ ਸਾਰਿਆਂ ਦਾ ਸਰੋਤ ਬਾਗ, ਉਦੋਂ ਇਹ ਕੋਈ ਰਿਹਾ ਸੀ ਕੋਈ ਨਾ, ਦੁੱਖ ਵੈ ਰਿਹਾ ਸੀ ਕੋਈ ਨਾ, ਸਾਰੀ ਬਲਾਦਰੀ ਉਤਲੋਤਲੀ ਇੱਕ ਦੂਜੇ ਨਾਲ, ਬੈਣ ਖਲੋਣ ਵਰਤਣ ਸ਼ਰਤਣ ਦੀ, ਐਡਾ ਦੁੱਖ ਵੈਰ ਕੋਈ ਨਹੀਂ ਸੀ। ਸਹੀ ਹੈ। ਅਤੇ ਅਮਰ ਸਿੰਘ ਜਿਹੜਾ ਜਦੋਂ ਤੂੰ ਵੇਖਿਆ ਉਹਨੂੰ, ਅਤੇ ਕਿਸ ਤਰ੍ਹਾਂ ਮਤਲਬ ਕਿੰਨੀ ਕੁ ਉਮਰ ਸੀ ਉਹਦੀ? ਜਵਾਨ ਸੀ, ਜਵਾਨ ਸੀ। ਅਤੇ ਬੱਚੇ ਵੀ ਹੈ ਸੋ ਉਦੋਂ ਇੱਥੇ? ਬੱਚਿਆਂ ਦਾ ਮੈਨੂੰ ਨਹੀਂ ਪਤਾ, ਉਹਨੂੰ ਵਿਆਹ ਹੋਇਆ ਸੀ ਇੱਥੇ ਹੀ? ਉਹਦਾ ਵਿਆਹ ਹੋਇਆ ਸੀ, ਘਰ ਹੀ ਮੇਰੀ, ਉਹ ਅੱਜ ਕੱਲ੍ਹ ਉਮਰ ਦਾ ਸੀ। ਹਾਂ ਹਾਂ। ਸਾਇੰਸ ਦਾ ਵੀ ਅੱਜ ਕੀ ਉਮਰ ਦਾ, ਨਿਹਾਲ ਦਿਆਲ ਵੀ ਆਵਾਜ਼ ਕਰ ਅੱਜੜੀ ਉਮਰ ਦੇ। ਸਹੀ ਹੈ। ਅਤੇ ਪਿੰਡ ਦੇ ਵਿੱਚ ਜਿਹੜਾ ਉਹ ਹੱਟੀ ਕਿਹਦੀ ਸੀ? ਹੱਟੀ ਕਿਹਦਾ ਨਾਂ ਲੈ ਰਹੇ ਹੋ? ਕਾਂਜੀ ਦੀ। ਕਾਂਜੀ ਦੀ।
ਤੇ ਕੀ ਕਾਹਦੀ ਹੱਟੀ ਸੀ? ਸੌਦਾ ਸੌਦਾ ਸੀ, ਉਦੋਂ ਜੱਟ ਕੇ ਸੌਦਾ ਸੌਦਾ ਹੁੰਦੇ ਆ। ਮੱਛੀਆਂ ਟਿੱਕੀਆਂ ਤੇ ਉਦੋਂ ਕੁਛ ਨਹੀਂ ਹੁੰਦੀਆਂ। ਤੇ ਕੀ ਸੌਦੇ ਸਨ ਜੀ? ਗੁੜ ਛੋੜ ਹੋ ਗਿਆ, ਚੀਨੀ ਗੁੜ ਛੋੜ ਹੋ ਗਿਆ, ਕੁਛ ਚਲੋ ਬੋਲੋ ਮਿਸ਼ਰੀ ਬਦਾਮ ਬਦੂਮ ਹੁੰਦੇ ਸਨ, ਗਿਰੀ ਹੁੰਦੀ ਸੀ, ਇਸ ਤਰ੍ਹਾਂ ਦਾ ਸੌਦਾ ਉਦੋਂ ਹੁੰਦਾ। ਤੇ ਕੋਈ ਮਠਿਆਈ ਦੀ ਦੁਕਾਨ ਵੀ ਹੈ ਸੀ ਪਿੰਡ 'ਚ? ਮਠਿਆਈ ਦਾ ਮੈਨੂੰ ਨਹੀਂ ਸੌ ਵੀ ਉਹਨਾਂ ਕੱਢਦੇ ਹਨ, ਜਾਣੇ ਸਨ ਕੱਢਦੇ। ਉਹਨੂੰ ਕੋਈ ਕੱਢਦਾ ਹੋਇਆ ਸੀ ਪਿੰਡ 'ਚ? ਉਹ ਕੋਈ ਕੱਢਦਾ ਹੋਵੇ ਤਾਂ ਮੈਨੂੰ ਮੇਰੇ ਜ਼ਿਹਨ 'ਚ ਨਹੀਂ। ਕੋਈ ਨਹੀਂ ਗੱਲ, ਕੋਈ ਨਹੀਂ ਗੱਲ। ਅਤੇ ਪਿੰਡ ਦੇ ਵਿੱਚ ਜਿਹੜਾ ਹੈ ਕੋਈ ਮਤਲਬ ਕੋਈ ਖੇਡ ਛੇਡ ਵੀ ਕੋਈ ਖੇਡਦੇ ਹਾਂ, ਜੇ ਕੋਈ ਕਬੱਡੀ ਹੋ ਗਿਆ ਜਾਂ ਕੋਈ ਇੰਝ ਦਾ ਮਤਲਬ ਹੈ ਸੀ ਕੋਈ ਖੇਡ ਕੁਸ਼ਤੀ? ਉਦੋਂ ਮੈਂ ਤੁਹਾਨੂੰ ਦੱਸਿਆ ਵੀ ਜੱਟ ਜ਼ਿਮੀਂਦਾਰ ਕੰਮੇ ਕਮੀਨ ਸਾਰੇ ਇੱਕ ਦੂਜੇ ਦਾ ਭਾਰ ਚੁੱਕਦੇ ਆਣ, ਕਿਸੇ ਨੇ ਘੁਲਣਾ, ਕਿਸੇ ਨੇ ਕਬੱਡੀ ਖੇਡਣੀ, ਹਾਂ ਅੱਛਾ, ਕਿਸੇ ਨੇ ਬਾਂਗ ਫੜਨੀ, ਅਤੇ ਉਦੋਂ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹਨ। ਪੱਥਰ ਚੁੱਕਣਾ। ਅਤੇ ਅਮਰ ਸਿੰਘ ਦੇ ਨਾਲ ਤੁਸੀਂ ਮਿਲੇ ਹੋ, ਗੱਲਬਾਤ ਕਦੀ ਕੋਈ ਮਤਲਬ? ਗੱਲਬਾਤ ਸਾਡੇ ਦਾਦੇ ਪੜਦਾਦੇ ਦੇ ਨਾਲ ਹੀ ਕਰਦਾ ਰਿਹਾ। ਅੱਛਾ। ਸਾਡੇ ਦਾਦੇ ਪੜਦਾਦੇ ਦਾਦੇ ਉਹਦਾ ਬੜਾ ਪਿਆਰ ਸੀ। ਅੱਛਾ। ਅਤੇ ਮੈਂ ਉਹਨੂੰ ਬਹੁਤਾ ਦੇ ਵੇਖਿਆ ਇਸ ਤਰ੍ਹਾਂ ਹੀ ਹੈ ਵੀ ਉੱਥੋਂ ਇੰਡੀਆ 'ਚੋਂ ਆਏ ਨੇ ਸਾਇੰਤਾ ਅਤੇ ਅਮਰ ਸਿੰਘ, ਉਹ ਫਿਰ ਚਲੋ ਦੋ ਦਿਨ ਰਹਿ ਜਾਂ ਦਸ ਦਿਨ ਰਹਿ ਜਾਂ ਮਹੀਨਾ ਰਹਿ, ਇਹ ਮੈਨੂੰ ਨਹੀਂ ਪਤਾ ਕਿੰਨਾ ਚਿਰ ਰਹਿ ਆਇਆ ਸਨ ਉੱਥੋਂ। ਦੁਬਾਰਾ ਮਤਲਬ ਆਏ ਨੇ ਉੱਥੇ ਜਾ ਕੇ ਅਤੇ ਫਿਰ ਇੱਥੇ ਆ ਕੇ ਆਪਣਾ ਘਰ ਵੇਖ ਕੇ ਗਏ ਨੇ? ਫਿਰ ਵੇਖ ਕੇ ਗਏ। ਅੱਛਾ ਅੱਛਾ ਅੱਛਾ, ਸਹੀ ਹੈ। ਅਤੇ ਤੁਹਾਡੇ ਵੱਡਿਆਂ ਦੇ ਨਾਲ, ਤੁਹਾਡੇ ਦਾਦਾ ਜੀ ਦੇ ਨਾਲ ਉਹਨਾਂ ਦੇ ਵਾਹਵਾ ਅੱਛੇ ਤਲਕ ਸਨ? ਹਾਂ, ਉਦੋਂ ਇੱਕ ਦੂਜੇ ਨਾਲ ਬਹੁਤੇ ਏਡਾ ਦੁੱਖ ਵੈਰ ਕੋਈ ਨਹੀਂ ਸੀ, ਭੈਣ ਖਲੋਣ ਜ਼ਿਮੀਂਦਾਰਾਂ ਦਾ ਕਮੀਆਂ ਦਾ। ਅਤੇ ਤੁਹਾਡੇ ਦਾਦਾ ਜੀ ਦਾ ਕੀ ਨਾਂ ਸੀ? ਅੱਲਾ ਦਿੱਤਾ। ਅੱਛਾ ਅੱਛਾ। ਅਤੇ ਇੱਥੇ ਜਦੋਂ ਬਜ਼ੁਰਗੋ 47 ਦੇ ਵਿੱਚ ਫਿਰ ਇੱਥੋਂ ਉਹਨਾਂ ਨੂੰ ਜਾਣਾ ਪਿਆ, ਅਤੇ ਜਦੋਂ ਗਏ ਨੇ ਤਾਂ ਉਹ ਕੋਈ ਯਾਦ ਜੇ ਕੋਈ ਦਿਨ ਕਿਸ ਤਰ੍ਹਾਂ ਦਾ ਮਤਲਬ ਦਿਨ ਸੀ ਉੱਦਣ, ਕੀ ਬਾਰਿਸ਼ ਹੋ ਰਹੀ ਸੀ ਅਤੇ ਕੀ ਹਿਸਾਬ ਸੀ, ਕਿੰਨੇ ਪਿੰਡ 'ਚੋਂ ਉਹਨਾਂ ਨੂੰ ਕੱਢਿਆ ਜਾਂ ਕੀ ਮਤਲਬ ਕਿਸ ਤਰ੍ਹਾਂ ਨਿਕਲੇ ਹੋ ਇੱਥੋਂ? ਬਾਬੇ ਨੂੰ ਆਦਮੀ ਕਿਹੜੇ ਇਸ ਘਰ ਅਮਰ ਸਿੰਘ ਉਹਦਾ ਵਾਹ ਬਦਲ ਸੀ, ਸੌਣ ਭਾਦਰੋਂ ਦੇ ਦਿਨ ਸਨ, ਵਾਹ ਬਦਲ ਹੈ ਸੀ। ਅਤੇ ਕਿੰਨੇ ਪਿੰਡ 'ਚ ਉਹਨਾਂ ਦੀ ਕੋਈ ਮਦਦ ਕੀਤੀ ਜਾਣ 'ਚ? ਮਦਦ ਕਰਨ ਦਾ ਇਹ ਸੀ ਵੀ ਉਸ ਵੇਲੇ ਤਾਂ ਸਾਰੇ ਇੱਕ ਦੂਜੇ ਦੇ ਖਿਲਾਫ ਹੋ ਗਏ ਨੇ, ਸਾਰੇ ਦੁਸ਼ਮਣ ਹੋ ਗਏ, ਹਿੰਦੂ ਜਿਹੜੇ ਹਨ ਉਹ ਮੁਸਲਮਾਨਾਂ ਦੇ ਦੁਸ਼ਮਣ ਬਣ ਗਏ ਅਤੇ ਮੁਸਲਮਾਨ ਜਿਹੜੇ ਹਿੰਦੂਆਂ ਦੇ ਬਣ ਗਏ। ਜਦੋਂ ਜਾਣ ਲੱਗੇ ਨੇ ਪਹਿਲੋਂ ਕੋਈ ਗੱਲਬਾਤ ਨਹੀਂ, ਫਿਰ ਇੱਕ ਦੂਜੇ ਨੂੰ ਮਾਰੂ ਜੋ ਫਿਰ ਜਾਣ। ਸਹੀ ਹੈ। ਅਤੇ ਅਮਰ ਸਿੰਘ ਹੋਰਾਂ ਦਾ ਕੋਈ ਡੇਰਾ ਸ਼ੇਰਾ ਵੀ ਉਹਨਾਂ ਨੇ ਬਣਾਇਆ ਸੀ ਕੋਈ ਇੱਥੇ? ਕੋਈ ਡੇਰਾ ਸ਼ੇਰਾ ਵੀ ਬਣਾਇਆ ਸਨ ਇਹਦੇ? ਡੰਗਰ ਸ਼ੰਗਰ ਰੱਖਦੇ ਹਨ ਅਤੇ ਡੇਰਾ ਮੈਂ ਨਾ ਥੋੜ੍ਹਾ ਹੀ ਮੈਂ ਵੇਖਿਆ ਵੇ, ਐਡਾ ਕੋਈ ਫੱਬਿਆ ਨਹੀਂ ਸੀ, ਅਤੇ ਉਹਨਾਂ ਦਾ ਇਹ ਸੀ ਵੀ ਬਹੁਤੇ ਜੀਵੀ ਉਹਨਾਂ ਦੀ ਬੋਡੀ ਸੀ, ਜੀਵੀ ਸਿੱਖਾਂ ਦੀ ਬੜੀ ਬੜੀ ਸੀ, ਅਤੇ ਉਹਨਾਂ ਮਜ਼ਾਰੇ ਮਜ਼ੂਰੇ ਲਿਆ ਕੇ ਭਾਏ ਬੋਲ, ਹਾਂ, ਅਤੇ ਕੁਝ ਆਪ ਹੀ ਕਰਦੇ ਹਨ, ਕੁਝ ਲੋਕਾਂ ਨੂੰ ਦਿੱਤੀ ਸਾਡੇ ਮਜ਼ਾਰਿਆਂ ਨੂੰ। ਅਤੇ ਸਭ ਤੋਂ ਬਹੁਤੀ ਜੀਵੀ ਜਿਹੜੀ ਹੈ ਉਹਨਾਂ ਦੀ ਸੀ ਅਮਰ ਸਿੰਘ ਹੋਰਾਂ ਦੀ, ਇਹ ਮੈਨੂੰ ਨਹੀਂ ਪਤਾ। ਪਿੰਡ 'ਚ ਘਰ ਕਿਹਦਾ ਸੀ ਸਭ ਤੋਂ ਚੰਗਾ ਮਤਲਬ ਸਹੀ ਚੰਗਾ ਵੱਡਾ ਪੱਕਾ ਘਰ? ਪੱਕਾ ਘਰ ਤੈਨੂੰ ਮੈਂ ਦੱਸਦਾ ਵੀ ਚੁਬਾਰਾ ਤੇ ਬਣਿਆ ਸੀ ਅਮਰ ਸਿੰਘ ਦਾ। ਚੁਬਾਰਾ ਅਮਰ ਸਿੰਘ ਦਾ ਸੀ, ਕਿਉਂ ਜੇ ਪੂਰੇ ਜਟਕੇ ਕੱਪੜੇ ਕਮਰੇ ਕੋਠੇ ਜਿਹੜੇ ਹਨ ਇਹ ਸਾਰੇ ਲੋਕਾਂ ਦੇ, ਮੈਂ ਹਿੰਦੂਆਂ ਦੇ ਕੀ ਅਤੇ ਮੁਸਲਮਾਨਾਂ ਦੇ, ਉਹਦੇ ਛਾਤੀ ਹੁੰਦੇ ਆ ਨਾ ਕੜੀਆਂ ਪਾ ਲਿਆਉਂਦੇ, ਸਿੱਧੀ ਜਿਹੜੀ ਧਰੇੜਦੇ ਕੀ ਕਰਦੇ ਪਾ ਲੈ,
ਤੇ ਅਮਰ ਸਿੰਘ ਦਾ ਅੱਜ ਵੀ ਹੁਲੀਆ ਤੁਹਾਨੂੰ ਕੋਈ ਯਾਦ ਹੈ ਇਹ ਕਿੰਜ ਦਾ ਮਤਲਬ ਪੱਗ ਸ਼ੱਗ ਪਾਉਂਦਾ ਸੀ ਪੂਰਾ ਪੂਰਾ ਨਹੀਂ ਬਾਈ ਮੈਨੂੰ ਇਹ ਗੱਲ ਦਾ ਪਤਾ ਸਹੀ ਹੋ ਗਿਆ ਠੀਕ ਅੱਜ ਵੀ ਪਈਆਂ ਗੱਲਾਂ ਹੁੰਦੀਆਂ ਲਿਆ ਕਦੋਂ ਉਹ ਵਿਆਹ ਦਾ ਹੀ ਗੁਲਾਮ ਨਬੀ ਤਰਫਾਨ ਉਹ ਵਿਆਹ ਦਾ ਹੀ ਹੈਗਾ ਸਾਡਾ ਖਰਾਸ ਸੀ ਹਾਂਜੀ ਅਤੇ ਖਰਾਸ ਤੇ ਆਉਂਦਾ ਸੀ ਉਹ ਇਹਨੇ ਇਹਨੂੰ ਇਹ ਬਰਨ ਸਨ ਜਾਤ ਦੇ ਬਰਨ ਸਨ ਜਿਹੜੇ ਮਨਰਾਗਰ ਵਾਲੇ ਅਤੇ ਉਹ ਆਉਂਦਾ ਸੀ ਉਹਦਾ ਨਿਹਾਲ ਦਾ ਨਿਹਾਲ ਦਾ ਮੁੰਡਾ ਸੀ ਅਤੇ ਮੈਂ ਅਤੇ ਉਹ ਆਉਂਦੇ ਵਾਲੇ ਦਾਣੇ ਪੀਣ ਅਤੇ ਉਹ ਮੁੰਡਾ ਉਹਦਾ ਜਿਹੜਾ ਸੀ ਉਹ ਮੇਰੇ ਨਾਲ ਘੁਲਦਾ ਸੀ ਉਹ ਗੁਲਾਮ ਨਾ ਵੀ ਅੱਜ ਪਿਆ ਦੱਸਦਾ ਸੀ ਅਤੇ ਕਦੇ ਉਹ ਢਾ ਛੱਡਦਾ ਸੀ ਕਦੇ ਮੈਂ ਢਾ ਛੱਡਦਾ ਅਤੇ ਉਹ ਅਨਵਰ ਪਿਆ ਦੱਸਦਾ ਸੀ ਵੀ ਉਹ ਜਿਹੜਾ ਖੁਸ਼ੀ ਰਾਜ ਦਾ ਮੁੰਡਾ ਜਿਹਾ ਵੇ ਫੀਕਾ ਅਤੇ ਉਹ ਆਉਂਦਾ ਵੇ ਵੀ ਮੈਂ ਉਹਦੇ ਨਾਲ ਦੀ ਦੁਕਾਨ ਜਿਹੜੀ ਸੀ ਹਿੰਦੂਆਂ ਦੀ ਕਾਜੀ ਦੀ ਅਤੇ ਅੰਥੇ ਦੀ ਉਹ ਜਿੱਥੇ ਅਬਦੁਲਮਾਨ ਹੈ ਹਾਂਜੀ ਹਾਂਜੀ ਅਬਦੁਲ ਮਾਨ ਜਲਾਇਆਂ ਦਾ ਘਰ ਸੀ ਇੱਥੇ ਦੁਕਾਨ ਹੁੰਦੀ ਕਿਤੇ ਕਰਕੇ ਮੈਂ ਤੈਨੂੰ ਦੱਸਾਂ ਯਾਰ ਗੁਲਾਮ ਨਬੀ ਦਾ ਘਰ ਜਿਹੜਾ ਸੀ ਤੇ ਨਾਲ ਲੈਂਦੇ ਪਾਸੇ ਗਲੀ ਦੇ ਵਿੱਚ ਸੈਣ ਦੇ ਮੰਦ ਤੇ ਇਹ ਤੇ ਗੁਲਾਮ ਨਬੀ ਕੇ ਨਾਲ ਅਗਲੇ ਵੱਲ ਉਹ ਜਿਹੜਾ ਹੁਣ ਉਹਨੇ ਲਿਆ ਸੀ ਯਾਰ ਨਜ਼ੀਰ ਚਿੰਮੇ ਨੇ ਹਾਂਜੀ ਹਾਂਜੀ ਉਹ ਨਜ਼ੀਰ ਚਿੰਮੇ ਲਿਆ ਸੀ ਤੇ ਮੀਆਂ ਸ਼ੇਖ ਅਹਿਮਦ ਦੱਤਾਂ ਜਿਹੜਾ ਸੀ ਉਹ ਬਰਲੇ ਵਾਲ ਸੀ ਉਹ ਲਿਆ ਸੀ ਉਹਨੇ ਮਾਲੇ ਨੇ ਮਾਲਾ ਨਹੀਂ ਉਹ ਚੀਮਾ ਉਹ ਫਿਰ ਇੱਥੋਂ ਬੁੱਢ ਫੱਟ ਗਏ ਉੱਥੇ ਡੇਰੇ 'ਤੇ ਜਾਣ ਉਹਨਾਂ ਪਾਇਆ ਚਲੋ ਬਜ਼ੁਰਗੋ ਲਓ ਅਸੀਂ ਫਿਰ ਇਜਾਜ਼ਤ ਚਾਹੁੰਦੇ ਹਾਂ ਅਤੇ ਜਦੋਂ ਉੱਧਰੋਂ ਕੋਈ ਸਾਡੇ ਨਾਲ ਗੱਲਬਾਤ ਕਰੇਗਾ ਅਤੇ ਪੁੱਛੇਗਾ ਆਪਣੇ ਘਰ ਦਾ ਅਤੇ ਘਰ ਵੇਖਣਾ ਚਾਹੇਗਾ ਅਤੇ ਇੱਥੇ ਆਉਣਾ ਚਾਹੇਗਾ ਅਤੇ ਅਸੀਂ ਉਹਨੂੰ ਵੈਲਕਮ ਕਵਾਂਗੇ ਅਤੇ ਇਹ ਕਿ ਫਿਰ ਉਹਨੂੰ ਨਾਲ ਲਿਆਵਾਂਗੇ ਅਤੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਘਰ ਅਤੇ ਉਹਨਾਂ ਦਾ ਖੂਹ ਉਹ ਸਾਰਾ ਕੁਛ ਜਿਹੜਾ ਨਾ ਫਿਰ ਉਹਨਾਂ ਨੂੰ ਅਸੀਂ ਮਿਲ ਕੇ ਵਿਜ਼ਿਟ ਕਰਵਾਵਾਂਗੇ ਅਤੇ ਲਓ ਅਮਰ ਸਿੰਘ ਦਾ ਚੌਧਰੀ ਲਿਆਕਤ ਸਾਹਿਬ ਜਿਹੜੇ ਨੇ ਨਾ ਇਹਨਾਂ ਦੇ ਨਾਲ ਗੱਲ ਹੁੰਦੀ ਹੈ ਉਹਨਾਂ ਦੀ ਕੀ ਨਾਂ ਹੈ ਚੋਰ ਸਾਹਿਬ ਉਹਨਾਂ ਦਾ ਕੀ ਨਾਂ ਜੀ ਉਹਨਾਂ ਦਾ ਕਰਨੈਲ ਸਿੰਘ ਕਰਨੈਲ ਸਿੰਘ ਤੇ ਕਿਹੜੀ ਜਗ੍ਹਾ ਹੁੰਦੇ ਜੀ ਅਮਰੀਕਾ ਹੁੰਦੇ ਨੇ ਅਮਰੀਕਾ ਹੁੰਦੇ ਨੇ ਠੀਕ ਹੋ ਗਿਆ ਤੇ ਤੁਹਾਡੇ ਨਾਲ ਫੋਨ ਤੇ ਹੋਈ ਉਹਨਾਂ ਦੀ ਕਦੀ ਫੋਨ ਤੇ ਗੱਲਬਾਤ ਹੋਈ ਉਹਨਾਂ ਪੁੱਛਿਆ ਕਿ ਸਾਡੇ ਇਸ ਤਰ੍ਹਾਂ ਵੱਡੇ ਉੱਥੇ ਰਹਿੰਦੇ ਹਨ ਤੇ ਸਾਡੇ ਪਰਿਵਾਰ ਜਿੱਦਣ ਉੱਥੋਂ ਨਿਕਲ ਕੇ ਆਏ ਨੇ ਨਾ ਤੇ ਉਹਨੇ ਬਾਬਾ ਨਵਾਬ ਇੱਕ ਬਾਬਾ ਨਵਾਬ ਬਾਬੇ ਨਵਾਬ ਨੇ ਉਸ ਦਿਨ ਬਾਰਿਸ਼ ਹੋ ਰਹੀ ਸੀ ਜਦੋਂ ਇਹ ਉੱਥੋਂ ਨਿਕਲੇ ਨੇ ਬਾਬੇ ਨਵਾਬ ਨੇ ਬਹੁਤ ਮਦਦ ਕੀਤੀ ਸਾਡੇ ਪਰਿਵਾਰ ਨੂੰ ਉੱਥੋਂ ਕੱਢਣ ਦੀ ਇਹ ਮਤਲਬ ਬਕੌਲ ਉਹਨਾਂ ਨੇ ਮੈਂ ਮਤਲਬ ਕਰਨੈਲ ਸਿੰਘ ਦੇ ਤੇ ਜਿਨ੍ਹਾਂ ਦਾ ਉਹ ਨਾਂ ਲੈ ਰਹੇ ਸਨ ਬਾਬਾ ਲਿਆਕਤ ਕੀ ਨਾਂ ਲੈ ਰਹੇ ਸੋ ਜਿਨ੍ਹਾਂ ਨੇ ਉਹਨੂੰ ਕੱਢਿਆ ਬਾਬਾ ਨਵਾਬ ਉਹ ਕੌਣ ਸਨ ਬਾਬਾ ਨਵਾਬ ਬਾਬਾ ਨਵਾਬ ਇਸ ਪਿੰਡ ਦਾ ਚੌਧਰੀ ਹੁੰਦਾ ਸੀ ਵੱਡਾ ਆਦਮੀ ਸੀ ਸਾਡੇ ਸਾਰਿਆਂ ਦਾ ਵੱਡਾ ਆਦਮੀ ਸੀ ਉਹ ਅੱਛਾ ਅੱਛਾ ਠੀਕ ਤੇ ਗੱਲ ਸੀ ਬੜੀ ਉਰੀ ਉਹ ਕਦੇ ਚੌਧਰੀਆਂ ਨੂੰ ਉਹ ਨਾਂ ਲੈ ਕੇ ਬੁਲਾਉਂਦਾ ਸੀ ਕਿ ਇਹਨੂੰ ਚੌਧਰੀ ਨਹੀਂ ਸੀ ਕਹਿੰਦਾ ਉਹਦਾ ਕੰਮ ਇਹ ਸੀ ਕਿ ਦਾਣੇ ਜਿਹੜੇ ਨੇ ਨਾ ਛਮਾਈ ਦੀ ਛਮਾਈ ਇਕੱਠੇ ਕਰਕੇ ਘਰ ਰੱਖਣੇ ਨੇ ਵੇਚਣੇ ਨਹੀਂ ਤੇ ਜਿਹੜਾ ਵੀ ਕੋਈ ਗਰੀਬ ਆਦਮੀ ਉਹਨੂੰ ਉਹ ਦਾਣੇ ਦਿੰਦਾ ਸੀ ਜਿਹੜਾ ਪੈਸੇ ਦੇ ਸਕਦਾ ਸੀ ਉਹਨੂੰ ਦਾਣੇ ਨਹੀਂ ਦਿੰਦਾ ਤੇ ਜਦੋਂ ਆਉਂਦਾ ਸੀ ਕਿ ਤੇਰੇ ਕੋਲ ਪੈਸੇ ਹੋਣਗੇ ਉਦੋਂ ਆਦਮੀ ਨੂੰ ਦੇ ਜਾਣ ਉਹਨਾਂ ਲੋਕਾਂ ਉਹ ਲੋਕ ਨੇ ਕਿ ਜਿੰਨਾ ਇਨਸਾਨੀਅਤ ਦੀ ਕਦਰ ਕੀਤੀ ਹੈ ਹਾਂਜੀ ਤੇ ਉਹਨੇ ਹੀ ਉਹ ਸਾਡੇ ਬਾਬੇ ਨੂੰ ਆਪ ਨਹੀਂ ਉਸਦੇ ਜਿਹੜਾ ਨਾ ਅਮਰ ਸਿੰਘ ਦਾ ਪਰਿਵਾਰ ਇਹਨੂੰ ਸਾਰੇ ਨੂੰ ਉਸ ਬਾਰਿਸ਼ ਵਾਲੇ ਦਿਨ ਇੱਥੋਂ ਕੱਢਿਆ ਜਦੋਂ ਮਤਲਬ
लो जी, असी चौधरी लियाकत साहब के बहुत ज़्यादा शुक्रगुजार हाँ जिन्हां दे नाल गुफ्तगू कर रहे हैं, क्योंकि यह वीडियो बनाने जिहड़ा इन्हां दी बहुत ज़्यादा जद्दोजहद हैगी है। इन्हां ने बहुत ज़्यादा मैनूं टाइम दिता तो यह कि नाल मैनूं जिहड़ा वह पिंड दे विच लै के आए, तो मैं जनाब इन्हां दा बहुत ज़्यादा शुक्रगुजार हाँ। तो जिहड़े लोग जिन्हां दे खानदान की गल हो रही है वीडियो दे विच, मैं कहांगा कि वह लोग भी जिहड़े ने चौधरी साहब का जिहड़ा ना शुक्रिया अदा करन कि चौधरी लियाकत साहब ने जिहड़ा बहुत ज़्यादा टाइम दिता है। तो चौधरी साहब तुसीं उन्हां नूं की कहना चाहोगे जिन्हों का मतलब परिवार इत्थे सी ते वह अगर आना चाहन इधर, तो तुसीं की मैसेज दोगे? असीं जनाब उन्हां नूं मोस्ट वेलकम कहांगे और उन्हां नूं मतलब कि साढ़े वास्ते खुशी का मुकाम होएगा आके सानूं मिलन दे। असीं इंशाल्लाह उन्हां दी जिन्ने जोगे होए उन्हां दी खिदमत करांगे, और स्पैशली जिहड़े करनैल साहब ने उन्हां दी एक दो वारी मेरे नाल गल हो चुकी है, वह अगर मेरे नाल राबता करन ते उन्हां नूं मैं मोस्ट वेलकम कहना। वाह जी वाह। तो लो फिर चौर साहब असी इजाजत चाहते हैं लियाकत साहब, तो फिर इंशाल्लाह है कि जो उधरों को गलबात करेगा तो फिर इंशाल्लाह थोड़े ना मुलाकात करेंगे। ठीक है जी, बहुत मेहरबानी, अल्लाह हाफिज़ जी।